ਕਿਹੜੀ ਬਰਾਦਰੀ ਤੋਂ ਯਾਰ, ਕਿਹੜੀ ਬਰਾਦਰੀ ਤੋਂ ਗਾੜਾ ਐਸਕੇ ਐਸਕੇ ਉਹ ਗੁੰਡਾ ਵਾ ਤੂੰ ਕੌਣ ਸੀਗਾ ਤੂੰ ਬਾਕੀ ਗੁੰਡੇ ਨੇ ਹੈਗੇ ਤੂੰ ਕੌਣ ਆ ਕੌਣ ਸੀਗਾ ਸਮਗਲਰ ਤੇ ਆਪ ਨੇ ਦੋ ਸਾਲ ਹੋ ਗਏ ਤੁਹਾਡੀ ਸਰਕਾਰ ਨੂੰ ਪਰਚਾ ਕਢਵਾ ਜੀ 11 ਮਹੀਨੇ ਪੁਰਾਣੇ ਪੁਰਾਣੀ ਆ ਹੋਰ ਕੋਈ ਕੈਟਗਰੀ ਹੈਗੀ 10 ਸਾਲ ਅਕਾਲੀ 10 ਸਾਲ ਕਾਂਗਰਸ ਕਿੰਨਾ ਗੁੰਡੇ ਪਾਲੇ ਐਸਕੇ ਕੌਣ ਹੈ ਗੁਰਜੀਤ ਸਿੰਘ ਔਜਲਾ ਕਹਿੰਦੇ ਨੇ ਮੇਰੀ ਲੜਾਈ ਜਿਹੜੀ ਆ ਉਹ ਅਨਿਲ ਜੋਸ਼ੀ ਨਾਲ ਕਿਸੇ ਨਾਲ ਨਹੀਂ ਸਾਡੀ ਇੱਕ ਤਰਫਾ ਜਿੱਤ ਆ ਇਹ ਜਿਹੜੇ ਦੋ ਕਹੇ ਇਹ 3 ਜਾਂ 4 ਨੰਬਰ ਤੇ ਆਉਣੇ ਆ ਇਹਨਾਂ ਦੀਆਂ ਜਮਾਨਤਾਂ ਜ਼ਬਤ ਹੋਣਗੀਆਂ ਲਿਖ ਲਓ ਨੋਟ ਕਰ ਲਓ ਨਾ ਹੋਣਗੀਆਂ ਫਿਰ ਕਹਿ ਦਿਓ ਇੱਕ ਵੀ ਕੰਮ ਗਣਾ ਦੇਣ ਉਹਨਾਂ ਕੋਲ ਤੇ ਘਰ ਦੇ ਅਗਲਾ ਨਾਲਾ ਨਹੀਂ ਪੂਰਿਆ ਗਿਆ ਨਾ ਹੋਰ ਸਵਾਹ ਕਰਨਾ ਗੂਗਲ 'ਚ ਚੈੱਕ ਕਰ ਲਓ ਮੈਂ ਕਿੰਨੇ ਕੁ ਕੰਮ ਕੀਤੇ ਗੂਗਲ ਵਾਲਿਆਂ ਨੂੰ ਛੱਡੋ ਗੂਗਲ ਅਮਰੀਕਾ ਤੋਂ ਚੱਲਦਾ ਪੰਜਾਬ ਤੋਂ ਨਹੀਂ ਚੱਲਦਾ ਅੰਮ੍ਰਿਤਸਰ ਸ਼ਹਿਰ ਤੋਂ ਨਹੀਂ ਚੱਲਦਾ ਸੋ ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਨੂੰ ਪੁੱਛ ਕੇ ਵੇਖੋ ਗੂਗਲ ਨੂੰ ਨਾ ਪੁੱਛੋ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜਿਹੜੇ ਨੇ ਕੁਛ ਸਮੇਂ ਬਾਅਦ ਇੱਥੇ ਰੋਡ ਸ਼ੋਅ ਕਰਦੇ ਹੋਏ ਨਜ਼ਰ ਆਉਣਗੇ ਜਿਸ ਨੂੰ ਲੈ ਕੇ ਵਿਧਾਇਕ ਜਿਹੜੇ ਨੇ ਇੱਥੇ ਪਹੁੰਚਣਾ ਸ਼ੁਰੂ ਹੋ ਗਏ ਨੇ ਡਾਕਟਰ ਜਸਬੀਰ ਸਿੰਘ ਸੰਧੂ ਜਿਹੜੇ ਨੇ ਉਹ ਤੁਸੀਂ ਦੇ ਸਕਦੇ ਹੋ ਕਿ ਇੱਥੇ ਪਹੁੰਚ ਚੁੱਕੇ ਨੇ ਉਹਨਾਂ ਵੱਲੋਂ ਸੰਧੂ ਸਾਹਿਬ ਕੀ ਕਹਿਣਾ ਚਾਹੋਗੇ ਕੇਜਰੀਵਾਲ ਸਾਹਿਬ ਦੇ ਪਹੁੰਚ ਕੇ ਕਿੰਨਾ ਕੁ ਬੈਨੀਫਿਟ ਮਿਲੇਗਾ ਅੰਮ੍ਰਿਤਸਰ ਸ਼ਹਿਰ ਦੀ ਇਤਿਹਾਸਕ ਨਗਰੀ ਚੌਂਕ ਤੇ ਮੈਂ ਆਪਣੇ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਆਖਦਾ ਸਾਡੇ ਸੀਐਮ ਸਾਹਿਬ ਭਗਤ ਸਿੰਘ ਮਾਨ ਜੀ ਨੂੰ ਮੈਂ ਜੀ ਆਖਦਾ ਸੋ ਇਹ ਅਰਵਿੰਦ ਕੇਜਰੀਵਾਲ ਸਾਹਿਬ ਦੀ ਪਹਿਲੀ ਗੇੜੀ ਅੰਮ੍ਰਿਤਸਰ ਦੇ ਵਿਜੇ ਤੋਂ ਛੁੱਟਣ ਤੋਂ ਬਾਅਦ ਸੋ ਇੱਕ ਬਹੁਤ ਵੱਡਾ ਭਰਵਾਂ ਇਕੱਠ ਜਿਹੜਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੀਤਾ ਗਿਆ ਲਾਹੌਰੀ ਗੇਟ ਤੋਂ ਲੈ ਕੇ ਸ਼ਕਤੀ ਨਗਰ ਤੱਕ ਜਿਹੜਾ ਇਕੱਠ ਕੀਤਾ ਗਿਆ ਇਹ ਠਾਠਾ ਮਾਰਦਾ ਇਕੱਠ ਦਿਸਦਾ ਹੈ ਕਿ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ ਲੋਕ ਸਭਾ ਉਮੀਦਵਾਰ ਜੋ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਹਨਾਂ ਦਾ ਜਿਹੜਾ ਇਕੱਠ ਉਹ ਠਾਠਾ ਮਾਰਦਾ ਇਕੱਠ ਇਹ ਦੱਸਦਾ ਕਿ 2 ਲੱਖ ਤੋਂ ਉੱਪਰ ਹੀ ਇਹ ਸੀਟ ਜਿੱਤ ਚੁੱਕੇ ਹਾਂ ਲੇਕਿਨ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕਿਉਂਕਿ ਲੋਕ ਬੜਾ ਤੁਹਾਡੀ ਪਾਰਟੀ 'ਚ ਸ਼ਾਮਿਲ ਹੋ ਰਹੇ ਨੇ ਕੀ ਲੱਗਦਾ ਕਿ ਵਾਕਈ ਹੀ ਇਸ ਵਾਰ ਵਿਨ ਜਿਹੜੀ ਹੈ ਪੱਕੀ ਹੈ ਕਿਉਂਕਿ ਲਗਾਤਾਰ ਗੁਰਜੀਤ ਸਿੰਘ ਔਜਲਾ ਕਹਿੰਦੇ ਨੇ ਮੇਰੀ ਲੜਾਈ ਜਿਹੜੀ ਹੈ ਉਹ ਅਨਿਲ ਜੋਸ਼ੀ ਨਾਲ ਕਿਸੇ ਨਾਲ ਨਹੀਂ ਸਾਡੀ ਇੱਕ ਤਰਫਾ ਜਿੱਤ ਆ ਇਹ ਜਿਹੜੇ ਦੋ ਕਹੇ ਇਹ 3 ਜਾਂ 4 ਨੰਬਰ ਤੇ ਆਉਣੇ ਆ ਇਹਨਾਂ ਦੀਆਂ ਜਮਾਨਤਾਂ ਜ਼ਬਤ ਹੋਣਗੀਆਂ ਲਿਖ ਲਓ ਨੋਟ ਕਰ ਲਓ ਨਾ ਹੋਣਗੀਆਂ ਫਿਰ ਕਹਿ ਦਿਓ ਇੱਕ ਵੀ ਕੰਮ ਗਣਾ ਦੇਣ ਉਹਨਾਂ ਕੋਲ ਤੇ ਘਰ ਦੇ ਅਗਲਾ ਨਾਲਾ ਨਹੀਂ ਪੂਰਿਆ ਗਿਆ ਨਾ ਹੋਰ ਸਵਾਹ ਕਰਨਾ ਕਹਿੰਦੇ ਗੂਗਲ ਦੇ ਉੱਤੇ ਸਭ ਕੁਝ ਲਿਖਿਆ ਹੈ ਗੂਗਲ 'ਚ ਚੈੱਕ ਕਰ ਲਓ ਮੈਂ ਕਿੰਨੇ ਕੁ ਕੰਮ ਕੀਤੇ ਨੇ ਗੂਗਲ ਵਾਲਿਆਂ ਨੂੰ ਛੱਡੋ ਗੂਗਲ ਅਮਰੀਕਾ ਤੋਂ ਚੱਲਦਾ ਪੰਜਾਬ ਤੋਂ ਨਹੀਂ ਚੱਲਦਾ ਅੰਮ੍ਰਿਤਸਰ ਸ਼ਹਿਰ ਤੋਂ ਨਹੀਂ ਚੱਲਦਾ ਸੋ ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਨੂੰ ਪੁੱਛ ਕੇ ਵੇਖੋ ਗੂਗਲ ਨੂੰ ਨਾ ਪੁੱਛੋ ਜਿਹੜਾ ਐਸੀ ਭਾਈਚਾਰੇ ਤੇ ਟਿੱਪਣੀ ਕੀਤੀ ਕਿ ਇਹ ਚੈਨੀਆਂ ਚੋਰ ਨੇ ਜਿਹੜਾ ਜੀ ਛੁਰੀ ਮਾਰ ਰਹੇ ਗੈਂਗਸਟਰ ਨੇ ਜਿਹੜਾ ਇਹ ਵੱਡੇ ਸਮਗਲਰ ਤੇ ਆਪ ਨੇ ਨਸ਼ਾ ਇਹ ਵਿਕਾਉਂਦੇ ਨੇ ਵੱਡੇ ਨੇਤਾ ਜਿਹੜੇ 2 ਸਾਲ ਹੋ ਗਏ ਤੁਹਾਡੀ ਸਰਕਾਰ ਨੂੰ ਕਿਉਂ ਨਹੀਂ ਪਰਚਾ ਕੱਢਿਆ ਪੁਰਾਣੀਆਂ ਪਾਰਟੀਆਂ ਨੂੰ ਪੁੱਛੋ ਪਹਿਲਾਂ 2 ਸਾਲ ਹੋ ਗਏ ਤੁਹਾਡੀ ਸਰਕਾਰ ਨੂੰ ਤੁਸੀਂ ਪਰਚਾ ਕੱਢਵਾ ਜੀ ਪਰਚਾ ਕੀ ਜੀ ਪਰਚਾ ਉਹਦੇ ਹੁਣ ਦੀ ਗੱਲ ਹੈ ਨਾ ਤੁਸੀਂ ਕਹਿੰਦੇ ਤੁਸੀਂ ਕਹਿੰਦੇ ਸਮਗਲਰ ਤੁਸੀਂ ਕਹਿੰਦੇ ਸਮਗਲਰ ਆ ਗੁਰਜੀਤ ਸਿੰਘ ਔਜਲਾ ਤੁਸੀਂ ਪਰਚਾ ਕਿਉਂ ਦਰਜ ਕੀਤਾ ਤੁਹਾਡੀ ਸਰਕਾਰ ਨੇ ਤਾਂ ਹੈਗੇ ਸਮਗਲਰ ਆ ਉਹਨਾਂ ਐਸੀ ਭਾਈਚਾਰੇ ਤੇ ਟਿੱਪਣੀ ਕੀਤੀ ਤੇ ਜਦੋਂ ਕੁੜੀ ਤੇ ਕੁੜੀ ਨੂੰ ਇਨਸਾਫ ਦਵਾਇਆ ਸੀ ਉਦੋਂ ਕਿ ਕੋਥੇ ਸੀਗੇ ਐਸੀ ਭਾਈਚਾਰੇ ਜਿਹੜੀ ਕੁੜੀ ਨੂੰ ਇਨਸਾਫ ਦਵਾਇਆ ਸੀਗਾ ਕਿਹੜੀ ਕੁੜੀ ਦਾ ਨਾਂ ਦੱਸੋ ਰਾਬੀਆ ਕੁੜੀ ਦਾ ਨਾਂ ਸੀਗਾ ਜਿੰਨਾ ਰੇਪ ਹੋਇਆ ਸੀਗਾ ਅੰਮ੍ਰਿਤਸਰ ਦੀ ਕੁੜੀ ਸੀ ਤੁਹਾਨੂੰ ਇਹਨਾਂ ਨਹੀਂ ਪਤਾ ਉਹ 11 ਮਹੀਨੇ ਦੀ ਗੱਲ ਕਰੋ ਤੁਸੀਂ 11 ਮਹੀਨੇ ਕਰੋ ਫਿਰ ਤੁਸੀਂ 11 ਮਹੀਨੇ ਦੀ ਗੱਲ ਕਰੋ ਜਿਹੜੀ ਹੁਣ ਉਹਨੇ ਟਿੱਪਣੀ ਕੀਤੀ ਐਸੀ ਭਾਈਚਾਰੇ ਕਿਦੋਂ ਕੀਤੀ ਟਿੱਪਣੀ
ਕਿਉਂ ਨਹੀਂ ਕੀਤੀ? ਚੈਨਲਾਂ ਤੇ ਆਉਣ ਡਿਆ ਸਾਰਾ ਸਾਡੇ ਕੋਲ ਵੀਡੀਓ ਹੈਗੀ ਆ। ਕਿੰਦਾਂ ਦੀ ਇੰਟਰਵਿਊ ਪਤਾ? ਹਾਂਜੀ 11 ਮਹੀਨੇ ਪੁਰਾਣੀ ਇੰਟਰਵਿਊ। ਉਹ 11 ਮਹੀਨੇ ਪੁਰਾਣੀ ਆ। ਹਾਂਜੀ ਤੁਸੀਂ ਹੁਣ ਦੀ ਮੈਂ ਦਿਖਾ ਦਾਂ 11 ਮਹੀਨੇ ਹੁਣ ਹੁਣ ਕੇ ਮਾਫੀ ਮੰਗੀ ਫਿਰ। ਹੁਣ ਨਹੀਂ ਮੰਗੀ, 3 ਮਹੀਨੇ ਪਹਿਲਾਂ ਮੰਗੀ ਆ ਮਾਫੀ ਮੰਗੀ ਨਾ 3 ਮਹੀਨੇ ਪਹਿਲਾਂ। ਹੁਣ ਕਿਉਂ ਮੰਗੀ ਮਾਫੀ 3 ਮਹੀਨੇ ਪਹਿਲਾਂ? ਅਸੀਂ ਪਰਸੋਂ ਭਾਜੀ ਉਹਨੂੰ ਸਾਡੇ ਟੀਮ ਦੇ ਬੰਦੇ ਗਏ, ਪੁਤਲੇ ਸਾੜ ਗਏ ਉਹਦੇ। ਹਾਂਜੀ ਕਿਉਂ ਸਾੜ ਗਏ ਫਿਰ? ਫਿਰ ਇਹ ਮਤਲਬ ਇਹਦਾ ਮਤਲਬ ਤੁਸੀਂ ਵੋਟ ਕਰਨ ਕਰ ਰਹੇ ਹੋ? ਵੋਟਾਂ ਨੇ ਕਿਉਂ? ਮੈਂ ਖੁਦ ਅਸੀਂ ਭਾਜ ਚਿਰਦਾ ਫਿਰ ਮਤਲਬ ਤੁਸੀਂ ਵੋਟ ਨੂੰ ਵੋਟ ਬੈਂਕਿੰਗ ਲੈ ਰਹੇ ਹੋ ਨਾ? ਮੈਂ ਆਪਣੀ ਕੌਮ ਦੀ ਗੱਲ ਕਰੂੰਗਾ। ਪਰਚਾ ਦਰਜ ਕਿਉਂ ਨਹੀਂ ਕਰਾਇਆ ਤੁਸੀਂ? ਕਹਿੰਦੇ ਕਿ ਉਹਨਾਂ ਸਮਾਗਮ ਮਾਫੀਆ ਮੰਗਣ ਲੱਗ ਪੈਂਦੇ ਮੁੜ ਕੇ। ਮਾਫੀ ਮੰਗ ਲੈ ਭੈਣ ਜੀ, ਮਾਫੀ ਮੰਗੀ ਆ 11 ਮਹੀਨੇ ਪਹਿਲਾਂ ਵੀਡੀਓ ਆ, ਤੁਸੀਂ ਮੰਨਦੇ ਹੋ? ਗਲਤੀ ਸੀ ਤੇ ਮਾਫੀ ਮੰਗੀ ਆ। ਮੰਗੀ ਤੇ ਸਜ਼ਾ ਦਿੱਤੀ ਆ, ਉਸ ਤੋਂ ਬਾਅਦ ਕਿਉਂ ਚੁੱਕਣਾ ਫਾਇਦਾ? ਮਿਲਣੀ ਚਾਹੀਏ ਸਜ਼ਾ, ਮਿਲਣੀ ਚਾਹੀਏ ਉਹਨੂੰ। ਨਹੀਂ ਸਜ਼ਾ ਤਾਂ ਮਿਲਣੀ ਚਾਹੀਏ, ਲੇਕਿਨ ਮਾਫੀ ਤਾਂ ਇਹਨਾਂ ਨੂੰ ਐਸੀ ਭਾਈ ਚਿਹਰੇ ਦੇਦਾ, ਹੋਰ ਕੋਈ ਕੈਟਾਗਰੀ ਨਹੀਂ ਹੈਗੀਆਂ। ਹੈਗੀਆਂ ਕੌਣ ਕਰਾਉਂਦਾ ਗੈਸਟਰ, ਕੌਣ ਪਾਲਦਾ? ਸੋਨੂ ਐਸਕੇ ਕੌਣ ਹੈ? ਨਹੀਂ 20 ਸਾਲ ਪਾਰਟੀ, 10 ਸਾਲ ਕਾਲੀ, 10 ਸਾਲ ਕਾਂਗਰਸ, ਕਿੰਨਾ ਗੁੰਡੇ ਪਾਲੇ? ਐਸਕੇ ਕੌਣ ਹੈ ਦੱਸੋ? ਐਸਕੇ ਕੌਣ ਹੈ? ਐਸਕੇ ਨੂੰ ਤੂੰ ਛੱਡੋ, ਮੈਂ ਨਹੀਂ ਕਰ ਰਿਹਾ ਇਹਦੀ ਗੱਲ। ਮੈਨੂੰ ਜਵਾਬ ਦਿਓ, ਐਸਕੇ ਕੌਣ ਹੈ? ਕਿਹੜੀ ਕਿਹੜੀ ਬਰਾਦਰੀ ਤੋਂ ਯਾਰ? ਕਿਹੜੀ ਬਰਾਦਰੀ ਤੋਂ? ਕਾੜਾ ਐਸਕੇ, ਐਸਕੇ ਉਹ ਗੁੰਡਾ ਵਾ। ਤੂੰ ਕੌਣ ਸੀਗਾ? ਤੂੰ ਬਾਕੀ ਗੁੰਡੇ ਨਹੀਂ ਹੈਗੇ। ਐਸਕੇ ਕੌਣ ਹੈ? ਕੌਣ ਸੀਗਾ? ਪਾਰਟੀ ਦਾ ਹਮੇਸ਼ਾ ਹੀ ਇਹੀ ਐਟੀਟਿਊਡ ਰਿਹਾ ਹੈ, ਜਿਸ ਨੂੰ ਲੈ ਕੇ ਬਹੁਤ ਵੱਡੇ ਜਿਹੜੇ ਨੇ ਦਾਅਵੇ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾਂਦੇ ਹੈ। ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵੱਡਾ ਕਾਫਲਾ ਜਿਹੜਾ ਹੈ, ਬੇਸ਼ੱਕ ਅਰਵਿੰਦ ਕੇਜਰੀਵਾਲ ਦਾ ਜਿਹੜਾ ਹੈ ਉਹ ਇਸ ਜਗ੍ਹਾ ਤੋਂ ਲੰਘਦਾ ਹੋਇਆ ਨਜ਼ਰ ਆਵੇਗਾ, ਲੇਕਿਨ ਕਰਫਿਊ ਜਿਹੜਾ ਹੈ ਵਾਂਗੂ ਮਾਹੌਲ ਜਿਹੜਾ ਹੈ ਇੱਥੇ ਬਣਾਇਆ ਗਿਆ ਹੈ, ਜਿਸ ਨੂੰ ਲੈ ਕੇ ਲੋਕ ਵੀ ਕਾਫੀ ਪਰੇਸ਼ਾਨ ਨੇ। ਲੋਕਾਂ ਵੱਲੋਂ ਸਾਫ਼ ਤੌਰ 'ਤੇ ਗੱਲ ਕਹੀ ਜਾ ਰਹੀ ਹੈ ਕਿ ਸਾਡਾ ਰੋਜ਼ਗਾਰ ਸੀ, ਰੋਜ਼ਗਾਰ ਜਿਹੜਾ ਸੀਗਾ ਉਹ ਬਿਲਕੁਲ ਖਤਮ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ, ਲੇਕਿਨ ਕਿਤੇ ਨਾ ਕਿਤੇ ਜਦੋਂ ਆਮ ਆਦਮੀ ਪਾਰਟੀ ਨੂੰ ਸਵਾਲਾਂ ਦੇ ਜਵਾਬ ਨਹੀਂ ਆਉਂਦੇ ਉਦੋਂ ਨਾਅਰੇ ਲਾਉਣੇ ਜਿਹੜੇ ਨੇ ਉਹ ਸ਼ੁਰੂ ਕਰ ਦਿੱਤੇ ਜਾਂਦੇ ਨੇ। ਦੇਖਿਆ ਤੁਸੀਂ ਕਿ ਲਗਾਤਾਰ ਹੀ ਜਵਾਬ ਨਹੀਂ ਆਇਆ ਸੰਵਿਧਾਨ ਦੀ ਉਲੰਘਣਾ ਜਿਹੜੀ ਸੀਗੀ ਕਰਨ ਦੀ ਗੱਲ ਕੀਤੀ ਗਈ, ਜੋ ਸਵਾਲ ਪੁੱਛਿਆ ਗਿਆ ਉਦੋਂ ਨਾਅਰੇ ਲਾਉਣੇ ਜਿਹੜੇ ਨੇ ਉਹ ਸ਼ੁਰੂ ਕਰ ਦਿੱਤੇ ਗਏ ਨੇ। ਲੇਕਿਨ ਕਿਤੇ ਨਾ ਕਿਤੇ ਜਿਸ ਤਰ੍ਹਾਂ ਦਾ ਰੁਝਾਨ ਆਮ ਆਦਮੀ ਪਾਰਟੀ ਨੂੰ ਇੱਥੇ ਮਿਲਣਾ ਚਾਹੀਦਾ ਸੀਗਾ, ਉਸ ਤਰ੍ਹਾਂ ਦਾ ਰੁਝਾਨ ਜਿਹੜਾ ਆ ਉਹ ਮਿਲਦਾ ਹੋਇਆ ਨਹੀਂ ਨਜ਼ਰ ਆ ਰਿਹਾ। ਲੇਕਿਨ ਕਿਸ ਤਰ੍ਹਾਂ ਤਰੀਕੇ ਨਾਲ ਇੱਥੇ ਕਰਫਿਊ ਵਰਗਾ ਮਾਹੌਲ ਜਿਹੜਾ ਬਣਾਇਆ ਗਿਆ, ਲੇਕਿਨ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਗੱਲ ਕਰਦੀ ਹੋਈ ਨਜ਼ਰ ਆਉਂਦੀ ਸੀ, ਲੇਕਿਨ ਹੁਣ ਉਹ ਖਾਸ ਹੁੰਦੀ ਹੋਈ ਨਜ਼ਰ ਆ ਰਹੀ ਅਤੇ ਕਰਫਿਊ ਦਾ ਮਾਹੌਲ ਬਣਾ ਕੇ ਆਪਣਾ ਰੋਡ ਸ਼ੋਅ ਜਿਹੜਾ ਹੈ ਉਹ ਕੱਢਿਆ ਜਾ ਰਿਹਾ। ਕੈਮਰਾਮੈਨ ਵੰਸ਼ਰਾ ਗੁਰਪ੍ਰੀਤ ਸਿੰਘ, ਅੰਮ੍ਰਿਤਸਰ ਸਾਹਿਬ।